Hello students, welcome for the next video of Management Accounting. Betaji, today we will discuss creditor turnover ratio, creditor payable turnover ratio. Last video de vich main tuhanu karwai si debtor turnover ratio. Te hun apa karange creditor turnover ratio. Debtor turnover ratio de vich ki siga ki tere tode ਜਦੋਂ ਵੀ ਤੁਸੀਂ ਕ੍ਰੈਡਿਟ ਪਰਚੇਜ਼ਸ ਆਪਾਂ ਸੇਲਸ ਕਰਦੇ ਆ ਕਿਉਂਕਿ ਦੇਖੋ ਆਪਾਂ ਨੂੰ ਇਹ ਮੈਂ ਇਹੀ ਦੱਸਿਆ ਸੀਗਾ ਕਿ ਕੋਈ ਵੀ ਜਿਹੜਾ ਬਿਜ਼ਨਸ ਹੈ ਉਹ ਸਿਰਫ ਕੈਸ਼ ਬੇਸਿਸ ਤੇ ਨਹੀਂ ਚੱਲਦਾ ਆਪਾਂ ਨੂੰ ਕੁਝ ਕ੍ਰੈਡਿਟ ਸੇਲਸ ਵੀ ਕਰਨੀਆਂ ਪੈਂਦੀਆਂ ਨੇ ਜਿਹਦੇ ਨਾਲ ਆਪਣਾ ਸੇਲਸ ਵੋਲਿਊਮ ਇਨਕਰੀਜ਼ ਹੋ ਜਾਂਦਾ ਹੈ ਤਾਂ ਜਦੋਂ ਸੇਲਸ ਇਨਕਰੀਜ਼ ਹੁੰਦੀ ਹੈ ਠੀਕ ਹੈ ਤਾਂ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੂੰ ਵੀ ਬੈਨੀਫਿਟ ਹੈਗਾ ਹੈ ਠੀਕ ਹੈ ਬਟ ਜਦੋਂ ਅਸੀਂ ਕ੍ਰੈਡਿਟ ਤੇ ਸੇਲ ਕਰਦੇ ਹਾਂ ਤਾਂ ਉਹਦੇ ਵਿੱਚ ਆਪਣੇ ਡੈਟਰਸ ਦਾ ਜੋ ਕਲੈਕਸ਼ਨ ਪੀਰੀਅਡ ਹੈ ਉਹ ਕੀ ਰਹੂਗਾ ਡੈਟਰਸ ਆਪਾਂ ਕਿੰਨੇ ਟਾਈਮ ਦੇ ਵਿੱਚ ਕਲੈਕਟ ਕਰਨਾ ਹੈ ਕਿੰਨੀ ਟਰਨਓਵਰ ਰੇਸ਼ੋ ਹੈ ਉਹਦੇ ਲਈ ਅਸੀਂ ਕੀਤੀ ਸੀ ਡੈਟਰਸ ਟਰਨਓਵਰ ਰੇਸ਼ੋ ਜਿਹਦਾ ਫਾਰਮੂਲਾ ਸੀਗਾ ਨੈਟ ਕ੍ਰੈਡਿਟ ਸੇਲ ਓਵਰ ਐਵਰੇਜ ਡੈਟਰਸ ਨੈਟ ਕ੍ਰੈਡਿਟ ਸੇਲ ਤੁਹਾਨੂੰ ਪਤਾ ਹੀ ਹੈ ਠੀਕ ਹੈ ਟੋਟਲ ਸੇਲ ਦੇ ਵਿੱਚੋਂ ਕੈਸ਼ ਸੇਲ ਮਾਈਨਸ ਕਰਕੇ ਆਪਾਂ ਸਿਰਫ ਕ੍ਰੈਡਿਟ ਸੇਲਸ ਲੈਣੀਆਂ ਨੇ ਅਤੇ ਐਵਰੇਜ ਡੈਟਰ ਮਤਲਬ ਓਪਨਿੰਗ ਡੈਟਰ ਪਲੱਸ ਕਲੋਜ਼ਿੰਗ ਡੈਟਰਸ ਡਿਵਾਈਡ ਬਾਏ 2 ਠੀਕ ਹੈ ਤਾਂ ਉਹਦੇ ਨਾਲ ਤੁਹਾਡੀ ਡੈਟਰ ਟਰਨਓਵਰ ਰੇਸ਼ੋ ਨਿਕਲੀ ਸੀਗੀ ਹੁਣ ਇਸੇ ਤਰੀਕੇ ਨਾਲ ਆਪਾਂ ਫਾਈਂਡ ਆਊਟ ਕਰਨੀ ਹੈ ਕ੍ਰੈਡੀਟਰ ਟਰਨਓਵਰ ਰੇਸ਼ੋ ਕ੍ਰੈਡੀਟਰ ਟਰਨਓਵਰ ਰੇਸ਼ੋ ਦਾ ਮਤਲਬ ਵੀ ਆਪਾਂ ਨੂੰ ਕਈ ਵਾਰ ਕ੍ਰੈਡਿਟ ਪਰਚੇਜ਼ਸ ਕਰਨੀਆਂ ਪੈਂਦੀਆਂ ਨੇ ਅਸੀਂ ਵੀ ਕ੍ਰੈਡਿਟ ਪਰਚੇਜ਼ਸ ਕਰਦੇ ਹਾਂ ਤਾਂ ਜਦੋਂ ਅਸੀਂ ਕ੍ਰੈਡਿਟ ਪਰਚੇਜ਼ਸ ਕਰਦੇ ਹਾਂ ਤਾਂ ਇਹ ਵੀ ਸ਼ੋਰਟ ਟਰਮ ਲਾਇਬਿਲਿਟੀਜ਼ ਹੁੰਦੀਆਂ ਨੇ ਇਹਨਾਂ ਸ਼ੋਰਟ ਟਰਮ ਲਾਇਬਿਲਿਟੀਜ਼ ਨੂੰ ਆਪਾਂ ਕਿੰਨੀ ਦੇਰ ਦੇ ਵਿੱਚ ਕਵਰ ਅਪ ਕਰ ਸਕਦੇ ਹਾਂ ਇਹਨਾਂ ਦੀ ਆਪਣੀਆਂ ਓਬਲੀਗੇਸ਼ਨਸ ਨੇ ਆਪਾਂ ਆਪਣੇ ਕ੍ਰੈਡੀਟਰਸ ਨੂੰ ਕਦੋਂ ਪੇ ਕਰ ਰਹੇ ਹਾਂ ਠੀਕ ਹੈ ਤਾਂ ਇਹਦੇ ਲਈ ਜੋ ਆਪਾਂ ਰੇਸ਼ੋ ਕੈਲਕੂਲੇਟ ਕਰਦੇ ਹਾਂ ਦੈਟ ਇਜ਼ ਦਾ ਕ੍ਰੈਡੀਟਰ ਟਰਨਓਵਰ ਰੇਸ਼ੋ ਠੀਕ ਹੈ ਹੁਣ ਕ੍ਰੈਡੀਟਰ ਟਰਨਓਵਰ ਰੇਸ਼ੋ ਦਾ ਜੋ ਫਾਰਮੂਲਾ ਹੈ ਆਪਾਂ ਨੈਟ ਕ੍ਰੈਡਿਟ ਪਰਚੇਜ਼ਸ ਲੈਣੇ ਆ ਜਿਵੇਂ ਆਪਾਂ ਡੈਟਰਸ ਦੇ ਵਿੱਚ ਕੀ ਕੀਤਾ ਸੀਗਾ ਸੇਲ ਓਵਰ ਐਵਰੇਜ ਡੈਟਰ ਲਿੱਤੇ ਸੀ ਬਸ ਇੱਥੇ ਅਸੀਂ ਕੀ ਲੈਣਾ ਨੈਟ ਕ੍ਰੈਡਿਟ ਪਰਚੇਜ਼ਸ ਓਵਰ ਐਵਰੇਜ ਡੈਟਰਸ ਠੀਕ ਹੈ ਬਿਲਕੁਲ ਸੇਮ ਹੈ ਜੋ ਆਪਾਂ ਡੈਟਰਸ ਟਰਨਓਵਰ ਕੀਤੀ ਹੈ ਬਸ ਉਹਦੇ ਵਿੱਚ ਅਸੀਂ ਸੇਲ ਦਾ ਸੇਲ ਲੈਂਦੇ ਸੀ ਇਹਦੇ 'ਚ ਅਸੀਂ ਪਰਚੇਜ਼ ਲੈਣੀ ਹੈ ਉਹਦੇ 'ਚ ਐਵਰੇਜ ਡੈਟਰ ਲੈ ਰਹੇ ਸੀ ਇੱਥੇ ਆਪਾਂ ਐਵਰੇਜ ਕ੍ਰੈਡੀਟਰਸ ਲੈਣੇ ਹੈ ਇਫ ਦਾ ਇਨਫੋਰਮੇਸ਼ਨ ਅਬਾਊਟ ਦਾ ਕ੍ਰੈਡਿਟ ਪਰਚੇਜ ਇਜ਼ ਨੋਟ ਅਵੇਲੇਬਲ ਅਗਰ ਕ੍ਰੈਡਿਟ ਪਰਚੇਜ ਨਹੀਂ ਗਿਵਨ ਹੈਗੀਆਂ ਦ ਫਿਗਰ ਆਫ ਟੋਟਲ ਪਰਚੇਜ ਮੇ ਬੀ ਟੇਕਨ ਐਜ ਦਾ ਨਿਊਮੀਰੇਟਰ ਐਂਡ ਦਾ ਟ੍ਰੇਡ ਟੇਬਲ ਇੰਕਲੂਡ ਦਾ ਸੰਡਰੀ ਕ੍ਰੈਡੀਟਰਸ ਐਂਡ ਦਾ ਬਿਲਸ ਪੇਬਲ ਠੀਕ ਹੈ ਮਤਲਬ ਅਗਰ ਆਪਣੇ ਕੋਲ ਕਹਿ ਰਹੇ ਨੇ ਕਿ ਆਪਣੇ ਕੋਲ ਪਰਚੇਜ਼ ਨਹੀਂ ਦਿੱਤੀਆਂ ਹੋਈਆਂ ਕ੍ਰੈਡਿਟ ਤਾਂ ਆਪਾਂ ਟੋਟਲ ਪਰਚੇਜ਼ ਲੈ ਸਕਦੇ ਹਾਂ ਠੀਕ ਹੈ ਟੋਟਲ ਪਰਚੇਜ਼ ਤਾਂ ਵੀ ਆਪਾਂ ਨੂੰ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਠੀਕ ਹੈ ਔਰ ਇਹਦੇ ਵਿੱਚ ਇਹਨਾਂ ਨੇ ਕੁਝ ਆਲਟਰਨੇਟਿਵ ਵੀ ਤੁਹਾਨੂੰ ਦਿੱਤੇ ਹੋਏ ਨੇ ਜਿਹੜੇ ਵਰਕਿੰਗ ਨੰਬਰ ਆਫ ਡੇਜ਼ ਜੋ ਕਲੈਕਸ਼ਨ ਪੀਰੀਅਡ ਜਾਂ ਪੇਬਲ ਪੀਰੀਅਡ ਆਪਾਂ ਕੱਢਣਾ ਉਹ ਮੈਂ ਤੁਹਾਨੂੰ ਅੱਗੇ ਦੱਸੂੰਗੀ ਤਾਂ ਇਹਦੇ ਲਈ ਆਪਾਂ ਫਸਟ ਇਲਸਟ੍ਰੇਸ਼ਨ ਕਰਦੇ ਹਾਂ ਟਰਨਓਵਰ ਰੇਸ਼ੋ ਆਪਾਂ ਕੈਲਕੂਲੇਟ ਕਰਨੀ ਹੈ ਪੇਬਲ ਟਰਨਓਵਰ ਜਾਂ ਕ੍ਰੈਡੀਟਰ ਟਰਨਓਵਰ ਟੋਟਲ ਪਰਚੇਜ਼ਿਸ ਦਿੱਤੀਆਂ ਤੁਹਾਨੂੰ 4 ਲੱਖ ਕੈਸ਼ ਪਰਚੇਜ਼ਿਸ ਦਿੱਤੀਆਂ ਨੇਗੀਆਂ 50,000 ਦੈਨ ਉਸ ਤੋਂ ਬਾਅਦ ਆਪਾਂ ਨੂੰ ਪਰਚੇਜ਼ ਰਿਟਰਨ ਦਿੱਤੇ ਹੈ 20,000 ਠੀਕ ਹੈ ਐਂਡ ਕ੍ਰੈਡੀਟਰਸ ਐਟ ਦਾ ਐਂਡ ਠੀਕ ਹੈ ਹੁਣ ਇਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਕਿਵੇਂ ਕੈਲਕੂਲੇਟ ਕਰਾਂਗੇ ਕ੍ਰੈਡੀਟਰਸ ਐਟ ਦਾ ਬਿਗਨਿੰਗ ਠੀਕ ਹੈ ਫਿਰ ਰਿਜ਼ਰਵ ਫੋਰ ਡਿਸਕਾਊਂਟ ਔਨ ਕ੍ਰੈਡੀਟਰਸ ਐਂਡ ਜਿਹੜਾ ਈਅਰ ਲੈ ਰਹੇ ਹੋ 365 ਡੇਜ਼ ਇਨ ਅ ਈਅਰ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਟ੍ਰੇਡ ਪੇਬਲ ਰੇਸ਼ੋ ਫਾਈਂਡ ਆਊਟ ਕਰਨੀ ਆ ਤਾਂ ਉੱਪਰ ਆਪਾਂ ਲੈਣੀ ਹੈ ਜੀ ਟੋਟਲ ਕ੍ਰੈਡਿਟ ਪਰਚੇਜ਼ਿਸ ਡਿਵਾਈਡ ਬਾਈ ਐਵਰੇਜ ਟ੍ਰੇਡ ਪੇਬਲ ਹੁਣ ਕ੍ਰੈਡਿਟ ਪਰਚੇਜ਼ਿਸ ਕਿਵੇਂ ਨਿਕਲਣਗੀਆਂ ਆਪਾਂ ਨੂੰ ਬੇਟਾ ਜੀ ਟੋਟਲ ਸੇਲ ਦਿੱਤੀਆਂ ਹੋਈਆਂ ਸੀ 4 ਲੱਖ ਠੀਕ ਹੈ ਅਤੇ ਟੋਟਲ ਪਰਚੇਜ਼ਿਸ 4 ਲੱਖ ਹੈ ਅਤੇ ਉਹਦੇ 'ਚੋਂ ਆਪਾਂ ਕੈਸ਼ ਪਰਚੇਜ਼ਿਸ ਮਾਈਨਸ ਕਰਤੀਆਂ 50,000 ਤਾਂ ਆਪਣੇ ਕੋਲ ਆ ਗਈਆਂ ਪਰਚੇਜ਼ਿਸ 3,50,000 ਔਰ ਰਿਟਰਨਸ ਆਪਾਂ ਮਾਈਨਸ ਕਰਾਂਗੇ ਜਦੋਂ ਰਿਟਰਨਸ ਮਾਈਨਸ ਕੀਤੀਆਂ ਤਾਂ ਆਪਣੇ ਕੋਲ ਪਰਚੇਜ਼ਿਸ ਕਿੰਨੀਆਂ ਆ ਗਈਆਂ ਤੁਹਾਡੀਆਂ 3,30,000 ਠੀਕ ਹੈ ਮਤਲਬ ਆਪਾਂ ਹੁਣ ਕੀ ਕਰ ਰਹੇ ਹਾਂ ਪਹਿਲਾਂ ਅਸੀਂ ਲੈ ਰਹੇ ਹਾਂ 4 ਲੱਖ ਟੋਟਲ ਪਰਚੇਜ਼ਿਸ ਜੋ ਆਪਾਂ ਮਾਈਨਸ ਕਰ ਰਹੇ ਹਾਂ ਕ੍ਰੈਡਿਟ ਕੈਸ਼ ਪਰਚੇਜ਼ਿਸ ਇਹ ਆਪਣੇ ਕ੍ਰੈਡਿਟ ਆ ਗਈਆਂ ਉਹਦੇ 'ਚੋਂ ਰਿਟਰਨਸ ਮਾਈਨਸ ਕੀਤੀਆਂ ਤਾਂ ਐਕਚੁਅਲ ਪਰਚੇਜ਼ਿਸ ਕਿੰਨੀਆਂ ਆ ਗਏ 3,30,000 ਤਾਂ ਉਰੇ ਆਪਾਂ 3,30,000 ਲੈ ਰਹੇ ਹਾਂ ਠੀਕ ਹੈ ਇਹ ਹੋ ਗਏ ਤੁਹਾਡੇ ਪਰਚੇਜ਼ਿਸ ਦੈਨ ਉਸ ਤੋਂ ਬਾਅਦ ਐਵਰੇਜ ਪੇਬਲਸ ਓਪਨਿੰਗ ਪਲੱਸ ਕਲੋਜ਼ਿੰਗ ਡਿਵਾਈਡ ਬਾਏ 2 ਠੀਕ ਹੈ ਓਪਨਿੰਗ ਪਲੱਸ ਕਲੋਜ਼ਿੰਗ ਡਿਵਾਈਡ ਬਾਏ 2 ਤਾਂ 60+20 ਦੈਟ ਇਜ 80 ਡਿਵਾਈਡ ਬਾਏ 2 ਠੀਕ ਹੈ ਬਟ ਇਹਦੇ ਵਿੱਚ ਕੀ ਸੀਗਾ ਟ੍ਰੇਡ ਪੇਬਲ ਇੰਕਲੂਡ ਦਾ ਕ੍ਰੈਡੀਟਰ ਐਂਡ ਬਿਲ ਪੇਬਲ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਨੇ ਲਿੱਤਾ ਹੈਗਾ ਕਿਉਂਕਿ ਇਹਦੇ 'ਚ ਸਿਰਫ ਓਪਨਿੰਗ ਜਿਹੜੇ ਹੈਗੇ ਐਟ ਦਾ ਐਂਡ ਹੀ ਗਿਵਨ ਸੀ ਓਪਨਿੰਗ ਨਹੀਂ ਦਿੱਤੇ ਸੀ ਤਾਂ ਜਦੋਂ ਓਪਨਿੰਗ ਨਹੀਂ ਦਿੱਤੇ ਤਾਂ ਆਪਾਂ ਇਹਨਾਂ ਨੂੰ ਹੀ ਐਜ ਏ ਐਵਰੇਜ ਅਜ਼ਿਊਮ ਕਰ ਲੈਣਾ ਤਾਂ 80 ਆ ਗਿਆ ਤੁਹਾਡੀ ਰੇਸ਼ੋ ਕਿੰਨੀ ਆ ਗਈ 4.13 ਟਾਈਮਸ ਠੀਕ ਹੈ ਅਤੇ ਐਵਰੇਜ ਪੇਬਲ ਪੀਰੀਅਡ ਪੇਮੈਂਟ ਪੀਰੀਅਡ ਕੀ ਹੈਗੀ ਆਪਾਂ ਨੂੰ ਟੋਟਲ ਨੰਬਰ ਆਫ ਡੇਜ਼ ਜਿੰਨੇ ਆਪਾਂ ਲਿੱਤੇ ਹੈ ਡਿਵਾਈਡ ਬਾਏ ਜੋ ਤੁਹਾਡੀ ਰੇਸ਼ੋ ਆਈ ਹੈ ਨੰਬਰ ਆਫ ਡੇਜ਼ ਠੀਕ ਹੈ ਔਰ ਜਿੰਨੀ ਆਪਣੀ ਰੇਸ਼ੋ ਆਈ ਹੈ
ਤਾਂ ਇਹ ਆਪਣੇ ਕੋਲ ਕਿੰਨਾ ਆ ਗਿਆ 88 ਡੇਸ ਠੀਕ ਹੈ ਇਹ ਹੈਗੀ ਤੁਹਾਡੀ ਕ੍ਰੈਡਿਟ ਪੇਬਲ ਰੇਸ਼ੋ ਕ੍ਰੈਡੀਟਰ ਰੇਸ਼ੋ ਟਰਨਓਵਰ ਰੇਸ਼ੋ ਠੀਕ ਹੈ ਔਰ ਟੋਟਲ ਜਿਹੜਾ ਐਵਰੇਜ ਪੇਮੈਂਟ ਪੀਰੀਅਡ ਠੀਕ ਹੈ ਬੇਟਾ ਹੁਣ ਇਹਦੇ ਵਿੱਚ ਤੁਹਾਨੂੰ ਕੁਛ ਇਲਸਟ੍ਰੇਸ਼ਨਸ ਦਿੱਤੀਆਂ ਜਿਹੜੀ ਤੁਸੀਂ ਆਪਣੇ ਆਪ ਹੀ ਕਰਨੀਆਂ ਹੈ ਠੀਕ ਹੈ ਨੈਕਸਟ ਆਪਾਂ ਨੂੰ ਰੇਸ਼ੋ ਦਿੱਤੀ ਹੈ ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ ਅਗਲੇ ਇਲਸਟ੍ਰੇਸ਼ਨ ਦੇ ਵਿੱਚ ਸਾਰੀਆਂ ਇਕੱਠੀਆਂ ਨੇ ਮੈਂ ਤੁਹਾਨੂੰ ਇਕੱਠੀਆਂ ਹੀ ਕਰਾ ਦੂੰਗੀ ਠੀਕ ਹੈ ਜਿਹੜੀ ਹੁਣ ਇਹ ਵਾਲੀ ਰੇਸ਼ੋ ਹੈ ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ ਠੀਕ ਹੈ ਤਾਂ ਇਹਦੇ ਵਿੱਚ ਕੀ ਹੈ ਵਰਕਿੰਗ ਕੈਪੀਟਲ ਹੁਣ ਆਪਾਂ ਨੂੰ ਸਭ ਨੂੰ ਪਤਾ ਹੈ ਇਜ਼ ਕੰਸਰਨ ਵਿਦ ਡਾਇਰੈਕਟਲੀ ਰਿਲੇਟਡ ਟੂ ਦਾ ਸੇਲਸ ਵਰਕਿੰਗ ਕੈਪੀਟਲ ਡਾਇਰੈਕਟਲੀ ਕੰਸਰਨ ਵਿਦ ਦਾ ਸੇਲਸ ਠੀਕ ਹੈ ਰੈਵਨਿਊ ਫਰੋਮ ਆਪਰੇਸ਼ਨ ਦਾ ਕਰੰਟ ਐਸੈਟਸ ਲਾਈਕ ਦਾ ਡੈਟਰ ਬਿਲਸ ਰਿਸੇਬਲਸ ਕੈਸ਼ ਸਟੋਕ ਠੀਕ ਹੈ ਚੇਂਜ ਵਿਦ ਦਾ ਇਨਕਰੀਜ਼ ਔਰ ਦਾ ਡਿਕਰੀਜ਼ ਇਨ ਦਾ ਸੇਲਸ ਠੀਕ ਹੈ ਇਨਕਰੀਜ਼ ਔਰ ਡਿਕਰੀਜ਼ ਇਨ ਦਾ ਸੇਲਸ ਸੋ ਵਰਕਿੰਗ ਕੈਪੀਟਲ ਦਾ ਫੋਰਮ ਕੀ ਰਹੂਗੀ ਕਰੰਟ ਐਸੈਟਸ ਮਾਈਨਸ ਕਰੰਟ ਲਾਇਬਿਲਿਟੀਜ਼ ਇਹ ਆਪਾਂ ਨੇ ਪਹਿਲਾਂ ਵੀ ਪੜਿਆ ਹੋਇਆ ਕਿ ਵਰਕਿੰਗ ਕੈਪੀਟਲ ਕੀ ਹੁੰਦੀ ਹੈ ਕਰੰਟ ਐਸੈਟਸ ਮਾਈਨਸ ਕਰੰਟ ਲਾਇਬਿਲਿਟੀਜ਼ ਠੀਕ ਹੈ ਤਾਂ ਵਰਕਿੰਗ ਕੈਪੀਟਲ ਟਰਨਓਵਰ ਇੰਡੀਕੇਟ ਦਾ ਵੈਲੋਸਿਟੀ ਆਫ ਦਾ ਯੂਟੀਲਾਈਜੇਸ਼ਨ ਆਫ ਨੈੱਟ ਵਰਕਿੰਗ ਕੈਪੀਟਲ ਕਿ ਜਿਹੜੀ ਆਪਣੀ ਨੈੱਟ ਵਰਕਿੰਗ ਕੈਪੀਟਲ ਹੈ ਉਹਨੂੰ ਆਪਾਂ ਕਿਵੇਂ ਯੂਜ਼ ਕਰ ਰਹੇ ਹਾਂ ਉਹਦੇ ਲਈ ਆਪਾਂ ਇਹ ਕੈਲਕੂਲੇਟ ਕਰਦੇ ਹਾਂ ਇਹ ਰੇਸ਼ੋ ਕੀ ਇੰਡੀਕੇਟ ਕਰਦੀ ਹੈ ਕਿ ਨੰਬਰ ਆਫ ਟਾਈਮ ਦਾ ਵਰਕਿੰਗ ਕੈਪੀਟਲ ਇਜ਼ ਟਰਨ ਓਵਰ ਦਾ ਕੋਰਸ ਆਫ ਦਾ ਈਅਰ ਠੀਕ ਹੈ ਕਿ ਕੋਰਸ ਆਫ ਦਾ ਈਅਰ ਮਤਲਬ ਕਿੰਨੇ ਨੰਬਰ ਆਫ ਟਾਈਮ ਆਪਾਂ ਕਰਦੇ ਹਾਂ ਨਾ 5 ਟਾਈਮਸ 6 ਟਾਈਮਸ ਤਾਂ ਇਹਦੇ ਵਿੱਚ ਪਤਾ ਲੱਗਦਾ ਹੈ ਇਹ ਰੇਸ਼ੋ ਨਾਲ ਐਫੀਸ਼ੀਐਂਸੀ ਪਤਾ ਲੱਗਦੀ ਹੈ ਕਿ ਜੋ ਆਪਣੀ ਵਰਕਿੰਗ ਕੈਪੀਟਲ ਹੈ ਉਹਨੂੰ ਕਿਵੇਂ ਯੂਜ਼ ਕੀਤਾ ਜਾ ਰਿਹਾ ਹੈ ਹਾਇਰ ਰੇਸ਼ੋ ਹੈ ਤਾਂ ਇਟ ਮੀਨਸ ਐਫੀਸ਼ੀਐਂਟ ਯੂਟੀਲਾਈਜੇਸ਼ਨ ਔਰ ਅਗਰ ਲੋਅਰ ਰੇਸ਼ੋ ਹੈ ਇਟ ਮੀਨਸ ਲੋ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਠੀਕ ਹੈ ਤਾਂ ਇਹਦੇ ਵਿੱਚ ਹੁਣ ਆਪਾਂ ਫਾਰਮੂਲਾ ਕੀ ਲਗਾਉਂਦੇ ਹਾਂ ਕੋਸਟ ਆਫ ਸੇਲਸ ਜਾਂ ਰੈਵਨਿਊ ਆਫ ਆਪਰੇਸ਼ਨਸ ਡਿਵਾਈਡ ਬਾਈ ਐਵਰੇਜ ਵਰਕਿੰਗ ਕੈਪੀਟਲ ਠੀਕ ਹੈ ਫਾਰਮੂਲਾ ਇਜ਼ ਕੋਸਟ ਆਫ ਸੇਲਸ ਮਤਲਬ ਰੈਵਨਿਊ ਫਰੋਮ ਆਪਰੇਸ਼ਨ ਡਿਵਾਈਡ ਬਾਈ ਐਵਰੇਜ ਵਰਕਿੰਗ ਕੈਪੀਟਲ ਠੀਕ ਹੈ ਹੁਣ ਆਪਾਂ ਦੇਖੋ ਇਹਦੇ ਵਿੱਚ ਤੁਹਾਡੀ 22 ਇਲਸਟ੍ਰੇਸ਼ਨ ਦਿੱਤੀ ਹੈ ਬੇਟਾ ਉਹਨੂੰ ਡਿਸਕਸ ਕਰਦੇ ਹਾਂ ਆਪਾਂ 22 ਇਲਸਟ੍ਰੇਸ਼ਨ ਦੇ ਵਿੱਚ ਕੈਸ਼ ਦਿੱਤਾ ਬਿਲ ਰਿਸੀਏਬਲ ਦਿੱਤੇ ਹੈ ਸੰਡਰੀ ਡੈਟਰ ਸਟੋਕ ਕ੍ਰੈਡੀਟਰ ਐਂਡ ਕੋਸਟ ਆਫ ਰੈਵਨਿਊ ਫਰੋਮ ਆਪਰੇਸ਼ਨ ਤਾਂ ਹੁਣ ਇਹ ਦੇਖੋ ਸਾਰੇ ਤੁਹਾਡੇ ਆ ਗਏ ਕਰੰਟ ਐਸੈਟਸ ਠੀਕ ਹੈ ਇਹ ਕਰੰਟ ਐਸੈਟਸ ਆ ਗਏ ਇਹ ਕਰੰਟ ਲਾਇਬਿਲਿਟੀ ਆ ਗਈ ਤਾਂ ਆਪਾਂ ਵਰਕਿੰਗ ਕੈਪੀਟਲ ਕੱਢ ਸਕਦੇ ਹਾਂ ਤਾਂ ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ ਦੇ ਲਈ ਆਪਾਂ ਨੂੰ ਕੀ ਚਾਹੀਦਾ ਹੈ ਕੋਸਟ ਰੈਵਨਿਊ ਫਰੋਮ ਆਪਰੇਸ਼ਨ ਡਿਵਾਈਡ ਬਾਈ ਨੈੱਟ ਵਰਕਿੰਗ ਕੈਪੀਟਲ ਹੁਣ ਨੈੱਟ ਵਰਕਿੰਗ ਕੈਪੀਟਲ ਦਾ ਮੈਂ ਫਾਰਮੂਲਾ ਕੀ ਲਗਾ ਰਹੀ ਹੈ ਕਰੰਟ ਐਸੈਟਸ ਹੋ ਗਏ ਤੁਹਾਡੇ 10,000 ਪਲੱਸ ਬਿਲ ਰਿਸੀਏਬਲ 5,000 ਪਲੱਸ ਸੈਂਡਰੀ ਡੈਟਰਸ 25,000 ਪਲੱਸ ਸਟੋਕ 20,000 ਠੀਕ ਹੈ ਸਭ ਨੂੰ ਆਪਾਂ ਐਡ ਕੀਤਾ ਦੈਟ ਇਜ਼ ਇਕੁਅਲ ਟੂ 60,000 ਔਰ ਉਹਦੇ ਵਿੱਚੋਂ ਕਰੰਟ ਲਾਇਬਿਲਿਟੀਜ਼ ਆਪਾਂ ਮਾਈਨਸ ਕਰ ਰਹੇ ਹਾਂ ਤਾਂ ਮੇਰੇ ਕੋਲ ਵਰਕਿੰਗ ਕੈਪੀਟਲ ਕਿੰਨੀ ਆ ਗਈ 30,000 ਤਾਂ ਵਰਕਿੰਗ ਕੈਪੀਟਲ 30,000 ਆ ਗਈ ਔਰ ਮੇਰੇ ਕੋਲ ਜਿਹੜੀ ਕੋਸਟ ਆਫ ਰੈਵਨਿਊ ਫਰੋਮ ਆਪਰੇਸ਼ਨ ਦੈਟ ਇਜ਼ ਇਕੁਅਲ ਟੂ 1,50,000 ਤਾਂ ਫਾਰਮੂਲਾ ਆ ਗਿਆ ਤਾਂ 1,50,000 ਡਿਵਾਈਡ ਬਾਈ 30,000 5 ਟਾਈਮ ਤਾਂ ਵਰਕਿੰਗ ਕੈਪੀਟਲ ਟਰਨਓਵਰ ਰੇਸ਼ੋ ਕਿੰਨੀ ਆ ਗਈ 5 ਟਾਈਮ ਇੱਕ ਵਾਰ ਫਿਰ ਦੱਸ ਦਿੰਦੀ ਹੈ